आद पाई हैगी यार माल बकरी वापी हैगी बंदे नु होर बेची हुई किसी ने दित्ती थी ठीक है ला के चिचम कर दी तो हां हां बच्चों तो ना तो गायो हां ओदा चड्डा बकरा ठीक हो गया ठीक है की होया होया सी चड्डे नु जे चड्डा हो जांदे एक पासे भूण चढ़ जांदी है हां ਕਟਾ ਹੋ ਚੁਕਾ ਹੋ ਜਾਂਦਾ ਹੈ ਆ ਸੋਚ ਕੇ ਹੋ ਜਾਂਦਾ ਇਹਨੂੰ ਤਨਵਾਦ ਤਾਂ ਸਿੱਖੀਆਂ ਨੇ ਇਹ ਠੀਕ ਹੈ ਤਨਵਾਦ ਕੋਸ ਕਰਨਾ ਹੈ ਤੇ ਦਵਾਈ ਆਰਾਮ ਕਰੇ ਮੇਰਾ ਘਰ ਮੇਰਾ ਫੜਨ ਆ ਗਿਆ ਠੀਕ ਹੈ ਇਹ ਤੇਰੀ ਗਾਰੰਟੀ ਆ ਹਾਂ ਮੇਰੀ ਗਾਰੰਟੀ ਆ ਭਾਈ ਥਣਾ ਦੇ ਕੰਮ ਕਿਵੇਂ ਕਰਦੀ ਆ ਥਣਾ ਦੇ ਆਪਾਂ ਮਾਲਸ਼ ਕਰਨੀ ਹੈ ਜਿਵੇਂ ਛੱਡੀ ਆ ਜੀ ਜਿਵੇਂ ਸੁੱਜ ਜੇ ਪੱਕ ਜੇ ਹਾਂ ਹਾਂ ਲਓ ਇਧਰ ਉਹਨਾਂ ਇਹਦੀ ਮਾਲਸ਼ ਕਰਨੀ ਹੈ ਨਾਲ ਆਪਾਂ ਖਾਣ ਵਾਲੀ ਦਵਾਈ ਦਿੰਦੇ ਆ ਅੱਛਾ ਖਾਣ ਵਾਲੀ ਵੀ ਦਵਾਈ ਆ ਹਾਂਜੀ ਇਹ ਕੀ ਚੀਜ਼ ਆ ਭਾਈ ਇਹ ਬਾ ਦਵਾਈ ਦੇਸੀ ਬਣਾਈਆਂ ਹੋਣਗੀਆਂ ਜੀ ਇਹ ਦੇਸੀ ਦਵਾਈਆਂ ਨੇ ਸਾਰੀਆਂ ਹਾਂਜੀ ਠੀਕ ਹੈ ਤੇ ਜਿਹੜੀ ਬਾਬਾ ਸ਼ੀਰ ਵਾਲੀ ਦਵਾਈ ਆ ਭਾਈ ਇਹ ਕਿਵੇਂ ਆ ਤੇ ਬਾਬਾ ਸ਼ੀਰ ਆਪਣੇ 20 ਪੁੜੀਆਂ ਜੀ ਇਹ ਵੀ ਇੱਕ ਪੁੜੀ ਸਵੇਰੇ ਲੈਣੀ ਆ ਇੱਕ ਸ਼ਾਮ ਨੂੰ ਕੱਚੇ ਦੁੱਧ ਨਾਲ ਠੰਡੇ ਨਾਲ ਜੀ ਕੱਚੇ ਦੁੱਧ ਨਾਲ ਲੈਣੀ ਆ ਹਾਂਜੀ ਠੀਕ ਹੈ ਇਹ ਗਾਰੰਟੀ ਆ ਭਾਈ ਇਹ ਫੁੱਲ ਗਾਰੰਟੀ ਆਪਣੀ ਵੀ ਮੋਹ ਚਾਹੇ ਮੋਹ ਕਿਹੜਾ ਬਾਬਾ ਸ਼ੀਰ ਹੋਵੇ ਚਾਹੇ ਖੋਲੀ ਹੋਵੇ ਜੀ ਕਿੰਨੇ ਦਿਨਾਂ 'ਚ ਲੋਟ ਹੋ ਜਾਂਦਾ ਭਾਈ ਇਹ ਆਪਣਾ ਤੀਜੇ ਦਿਨ ਜਿਹੜਾ ਬਲੱਡ ਆਉਂਦਾ ਉਹ ਤੀਜੇ ਦਿਨ ਬੰਦ ਹੋ ਜਾਂਦਾ ਜੀ ਜੇ ਬਲੱਡ ਆਉਂਦਾ ਹੋਵੇ ਬੰਦੇ ਤੀਜੇ ਦਿਨ ਬੰਦ ਹੋ ਜਾਂਦਾ ਹਾਂਜੀ ਠੀਕ ਹੈ ਉਹ ਵੀ ਜਮਾ ਖਤਮ ਕਿੰਨੇ ਟਾਈਮ 'ਚ ਹੋ ਜਾਂਦਾ ਖਤਮ ਜੀ ਆਪਣੇ ਦੋ ਡੱਬੀਆਂ ਦਾ ਕੋਰਸ ਆ ਜਮਾ ਖਤਮ ਹੋ ਜਾਂਦਾ ਹਾਂ ਜਿਵੇਂ ਹੁਣ ਇੱਕ ਅੱਧੀ ਦਵਾਈ ਖਾ ਲਈ ਇਹ ਨਾਮ ਬੰਦੇ ਨੂੰ ਫਾਇਦਾ ਹੋਇਆ ਉਹਨੂੰ ਪੈਸੇ ਵਾਪਸ ਕਰਾਂ ਯਾਰ ਬਾ ਠੀਕ ਹੈ ਜਿਹੜੀ ਆਹ ਦਵਾਈ ਹੈ ਦੂਜੀ ਆਹ ਹਾਂ ਡੱਬੀ ਵਾਲੀ ਆਪਣੀ ਥਾਣਾ ਵਾਲੀ ਜੇ ਤਾਂ ਇੱਕ ਸੀਸੀ ਨਾਲ ਫਾਇਦਾ ਇੱਕ ਸੀਸੀ ਦੱਸੂਗੀ ਇਹ ਫਿਰ ਬਲੀ ਸੀਸੀ ਮਾਲਾ ਦੇ ਹਾਂ ਇਹੀ ਦੱਸੂਗੀ ਬੱਕਰੀ ਨੂੰ ਜੇ ਮੈਂ ਇਸ ਨੂੰ ਕਿਸੇ ਮਾਜੀ ਜਾਨਵਰ ਨੂੰ ਠੀਕ ਹੈ ਛੱਡਣ ਦੱਸੂਗੀ ਵੀ ਮੈਂ ਫਾਇਦਾ ਹੋਣ ਲੱਗ ਗਿਆ ਫਾਇਦਾ ਹੋਣ ਲੱਗ ਗਿਆ ਜੇ ਤੇ ਸੀਸੀ ਨਾ ਫਾਇਦਾ ਕਰਿਆ ਤਾਂ ਇਹ ਵੀ ਵਾਪਸ ਹੋਣਗੇ ਇਹ ਵੀ ਵਾਪਸ ਹੋਣਗੇ ਹਾਂ ਵਾਪਸ ਕਰਾਂਗੇ ਤੇਰੀ ਗਾਰੰਟੀ ਆ ਪੱਕੀ ਗਾਰੰਟੀ ਆ ਜੀ ਲਓ ਬਈ ਆਪਣੀ ਅੱਜ ਦੀ ਨਵੀਂ ਵੀਡੀਓ ਵਿੱਚ ਸਾਰੇ ਵੀਰਾਂ ਦਾ ਸਵਾਗਤ ਆ ਜਿਹੜੀ ਅੱਜ ਦੀ ਵੀਡੀਓ ਆ ਬਈ ਉਹ ਬਹੁਤ ਜਾਣਕਾਰੀ ਵਾਲੀ ਤੇ ਬਹੁਤ ਖਾਸ ਵੀਡੀਓ ਆ ਵੀਡੀਓ ਕੀ ਆ ਇੱਕ ਬਾਈ ਆਪਣੇ ਲਵੇ ਆਇਆ ਬਠਿੰਡੇ ਤੋਂ ਦਵਾਈ ਲੈ ਕੇ ਆਪਾਂ ਪਹਿਲਾਂ ਵੀ ਰੀਲ ਪਾਈ ਸੀ ਬਾਈ ਦੀ ਵੀ ਵਧੀਆ ਦਵਾਈ ਆ ਵਧੀਆ ਬਾਈ ਦੀ ਰੀਲ ਚੱਲੀ ਵੀ ਸੀ ਉਹ ਤੇ ਰਿਸਪੌਂਸ ਵੀ ਵਧੀਆ ਮਿਲਿਆ ਇਹ ਦਵਾਈ ਕਾਹਦੀ ਆ ਬਈ ਮੱਝਾਂ ਗਾਵਾਂ ਥਣਾਂ 'ਚ ਮਸਟਾਈਟਸ ਹੋ ਜਾਂਦੀ ਆ ਖੂਨ ਆਉਂਦਾ ਜਾਂ ਦੁੱਧ 'ਚ ਸਿੱਧੀਆਂ ਆਉਂਦੀਆਂ ਨੇ ਜਾਂ ਜ਼ਖਮ ਹੋ ਜਾਂਦੇ ਆ ਮੱਝਾਂ ਦੇ ਵੀ ਬੱਕਰੀਆਂ ਦੇ ਵੀ ਸੇਮ ਪ੍ਰੋਸੈਸ ਆ ਦਵਾਈ ਦਾ ਰਿਜ਼ਲਟ ਆ ਜਿਹੜਾ ਉਹ ਪੂਰਾ ਵਧੀਆ ਕਈ ਵੀਰਾਂ ਨੇ ਵਰਤੀ ਵੀ ਆ ਜਿਵੇਂ ਆਪ ਚਾਚਾ ਸਿਧੀ ਖੜਾ ਗਾ ਇਹਨੇ ਵੀ ਵਰਤੀ ਆ ਪਹਿਲਾਂ ਆਪਾਂ ਇਹਦੇ ਨਾਲ ਹੀ ਗੱਲ ਕਰਦੇ ਹਾਂ ਬਾਈ ਨਾਲ ਆਪਾਂ ਫੇਰ ਗੱਲ ਕਰਦੇ ਹਾਂ ਕੀ ਹਾਲ ਆ ਚਾਚਾ ਠੀਕ ਹੈ ਫੇਰ ਚਾਚਾ ਇਹ ਦਵਾਈ ਕਿਵੇਂ ਆ ਜਿਹੜੀ ਆਹ ਦਵਾਈ ਹੈਗੀ ਯਾਰ ਮਾਲ ਬੱਕਰੀ ਵਾਪੀ ਹੈਗੀ ਬੰਦੇ ਨੂੰ ਹੋਰ ਵੇਚੀ ਹੋਈ ਕਿਸੇ ਨੇ ਦਿੱਤੀ ਸੀ ਠੀਕ ਹੈ ਲੈ ਕੇ ਚਿੱਚਮ ਕਰ ਦੀ ਤੂੰ ਹਾਂ ਹਾਂ ਬੱਚੋ ਤੂੰ ਨਾ ਤੂੰ ਚੰਗਾ ਹੀ ਹਾਂ ਉਹਦਾ ਚੱਡਾ ਬੱਕਰਾ ਠੀਕ ਹੋ ਗਿਆ ਠੀਕ ਆ ਕੀ ਹੋਇਆ ਹੋਇਆ ਸੀ ਚੱਡੇ ਨੂੰ ਜਿਹਦੇ ਚੱਡਾ ਹੋ ਜਾਂਦੇ ਇੱਕ ਪਾਸੇ ਭਰੂਣ ਚੜ ਜਾਂਦੀ ਹੈ ਹਾਂ ਕਟਾ ਸੁਚ ਕਟਾ ਹੋ ਜਾਂਦਾ ਹੈ ਆ ਸੋਚ ਕੇ ਹੋ ਜਾਂਦਾ ਇਹਨੂੰ ਤਨਵਾਦ ਤਿੰਨ ਸ਼ੀਸ਼ੀਆਂ ਨੇ ਇਹ ਠੀਕ ਹੈ ਤਨਵਾਦ ਕੋਰਸ ਕਰਨਾ ਹੈ ਤਿੰਨ ਸ਼ੀਸ਼ੀਆਂ ਦਾ ਕੋਰਸ ਕਰਨਾ ਹੈ ਹਾਂ ਜੀ ਇੱਕ ਨਾਲ ਨਹੀਂ ਕੁਛ ਹੁੰਦਾ ਇਹਨੂੰ ਠੀਕ ਹੈ ਤਿੰਨ ਸ਼ੀਸ਼ੀਆਂ ਆਏ 20 ਮਿੰਟ ਲਾ ਕੇ ਮਾਲਣੀਆਂ ਨੇ ਠੀਕ ਹੈ ਇਹ ਵਿੱਚ ਮੰਨ ਲਵਾ ਕਾਲੀ ਜੀ ਕੱਢ ਕੇ ਇਹਨੂੰ ਮੋਲੋ ਸਮਾਰ ਕੇ ਚੱਡੇ ਤੇ ਠੀਕ ਹੈ ਮਾਰ ਕੇ ਝੋਲਾ ਪਾ ਦੋ ਝੋਲਾ ਪਾ ਕੇ ਇਹਦੇ ਗਰਮੈਸ਼ ਨਾਲ ਥਾਣਾ ਤੋਂ ਬਾਅਦ ਜਲਦੀ ਸਿੱਧੀ ਆਉਂਦੀ ਹੋਵੇ ਦੰਦੋ ਅਲਹੋ ਨਾ ਹੋਵੇ ਇਹ ਆਪੀ ਸ਼ਿਫਟ ਕਰ ਦੋ ਬਾਈ ਠੀਕ ਹੈ ਲੈ ਹੁਣ ਬਾਈ ਗਾਰੰਟੀ ਹੈ ਗਾਰੰਟੀ ਲੈਣਾ ਤਾਂ ਹੋ ਗਿਆ ਕਿ ਬਾਈ ਆਰਾਮ ਕਰੇ ਮੇਰਾ ਘਰ ਮੇਰਾ ਫੜਨ ਆ ਗਿਆ ਠੀਕ ਹੈ ਇਹ ਤੇਰੀ ਗਾਰੰਟੀ ਆ ਹਾਂ ਮੇਰੀ ਗਾਰੰਟੀ ਹੈ ਲੈ ਹਜੇ ਆਪਾਂ ਬਾਈ ਨਾਲ ਗੱਲ ਵੀ ਨਹੀਂ ਕੀਤੀ ਇਹ ਕੋਈ ਆਏ ਨਾ ਕਹਦੇ ਉਹ ਵੀ ਪਤਾ ਨਹੀਂ ਬਾਈ ਦਵਾਈ ਦੇ ਕਰਕੇ ਸਦੀਕ ਚਾਚੇ ਲਵੇ ਆਇਆ ਆਪਾਂ ਝੂਠ ਨਾ ਬੱਡੀ ਆ ਮਾਲ ਦੇ ਵਿੱਚ ਖੜਾ ਹੈ ਚਾਚਾ ਕਹਿੰਦਾ ਝੂਠ ਨਹੀਂ ਵੱਢਣਾ ਬਾਈ ਦਵਾਈ ਵਰਤੀ ਆ ਮੇਰੇ ਸਾਹਮਣੇ ਵਰਤੀ ਹੈ ਚਾਚੇ ਨੇ ਆਪਦੀਆਂ ਬੱਕਰੀਆਂ ਦੇ ਇੱਕ ਹੋਰ ਹੈਗੀ ਇਹ ਬਾਈ ਲਵੇ ਉਹ ਕੱਢ ਦੇਵਾ ਇੱਕ ਮੈਂ ਹੋਰ ਦੱਸਦਾ ਵੀ ਚਾਚੇ ਦੇ ਜਿਹੜੀ ਆਹ ਦਵਾਈ ਹੈ ਕਿੰਨਾ ਮਾਜੀ ਬਾਬਾ ਸ਼ੀਰ ਹੋਵੇ ਬੰਦੇ ਦੇ ਠੀਕ ਹੈ ਬਾਬਾ ਸ਼ੀਰ ਵਾਲੀ ਹਾਂ ਇਹ ਬਾਬਾ ਸ਼ੀਰ ਨੂੰ ਇਹ ਤਿੰਨ ਬੁੜੇ ਖਾਣੇ ਪੈਣਗੀਆਂ ਹਨਾ ਫਿਰ ਇਹ ਦੱਸ ਦੀ ਮਤਲਬ ਇੱਕ ਦੋ ਬੁੜੀਆਂ ਡੇਲੀ ਦੀਆਂ ਦੋ ਡੇਲੀ ਦੀਆਂ ਬੁੜੀਆਂ ਨੇ ਬੁੜੀਆਂ ਚੋ 20 ਬੁੜੀਆਂ ਨੇ ਇਹ ਖਾਣੇ ਚੱਲ ਕੇ ਆਣੇ ਠੀਕ ਹੈ ਪਾਣੀ ਨਾ ਦੁੱਧ ਨਾ ਜੀ ਦੁੱਧ ਨਾ ਦੁੱਧ ਨਾਲ ਜਿਹਨਾਂ ਕਿੰਨਾ ਮਾਜੀ ਬਾਬਾ ਸ਼ੀਰ ਹੋਵੇ ਯਾਰ ਇਹ ਚੱਕ ਨੂੰ ਖੁਸ਼ ਕੀ ਯਾਰ ਠੀਕ ਹੈ ਲੈ ਹੁਣ ਬਾਈ ਨਾਲ ਗੱਲ ਕਰਦੇ ਆਪਾਂ ਕੀ ਹਾਲ ਆ ਬਾਈ ਬਾਈ ਸਤਿ ਸ੍ਰੀ ਅਕਾਲ ਵਧੀਆ ਬਾਈ ਪਹਿਲਾਂ ਆਪਣਾ ਇਲਾਕਾ ਦੱਸੋ ਕਿਹੜਾ ਕਿਹੜਾ ਪਿੰਡ ਆ ਬਠਿੰਡੇ ਜ਼ਿਲ੍ਹੇ ਦਾ ਆਪਣਾ ਜ਼ਿਲ੍ਹਾ ਬਠਿੰਡਾ ਜੀ ਪਿੰਡ ਬੀਬੀ ਵਾਲਾ ਬਾਈ ਜੀ ਆਪਣਾ ਪਿੰਡ ਬੀਬੀ ਵਾਲਾ ਹਾਂਜੀ ਨਾਮ ਮੇਰਾ ਖੜਕ ਸਿੰਘ ਹੈ ਨਾਮ ਖੜਕ ਸਿੰਘ ਆ ਬਾਈ ਦਾ ਤੇ ਬਾਈ ਦਵਾਈ ਆਪਣ ਲਵੇ ਇਹ ਦੋ ਹੀ ਨੇ ਜਿਹੜੀ ਚਾਚੀ ਨੇ ਦਿਖਾਈਆਂ ਨੇ ਹਾਂਜੀ ਦੋ ਹੀ ਇਹ ਦੋ ਨੇ ਇਹਨਾਂ ਦੀ ਗਾਰੰਟੀ ਵੀ ਆ ਚਾਚੀ ਨੇ ਗਾਰੰਟੀ ਲਈਤੀ ਆ ਹਨਾ ਬਾਈ ਥਣਾ ਦੇ ਕੰਮ ਕਿਵੇਂ ਕਰਦੀ ਆ ਥਣਾ ਦੇ ਆਪਾਂ ਮਾਲਸ਼ ਕਰਨੀ ਹੈ ਜਿਵੇਂ ਛੱਡੀ ਆ ਜੀ ਜਿਵੇਂ ਸੁੱਜ ਜੇ ਪੱਕ ਜੇ ਹਾਂ ਹਾਂ ਲਓ ਇਧਰ ਉਹਨਾਂ ਇਹਦੀ ਮਾਲਸ਼ ਕਰਨੀ ਹੈ ਨਾਲ ਆਪਾਂ ਖਾਣ ਵਾਲੀ ਦਵਾਈ ਦਿੰਦੇ ਆ ਅੱਛਾ ਖਾਣ ਵਾਲੀ ਵੀ ਦਵਾਈ ਆ ਹਾਂਜੀ ਇਹ ਕੀ ਚੀਜ਼ ਆ ਬਾਈ ਇਹ ਬਾ ਦਵਾਈ ਦੇਸੀ ਬਣਾਈਆਂ ਹੋਣਗੀਆਂ ਜੀ ਦੇਸੀ ਦਵਾਈਆਂ ਨੇ ਸਾਰੀਆਂ ਹਾਂਜੀ ਠੀਕ ਹੈ ਤੇ ਇਹ ਕਿਵੇਂ ਯੂਜ਼ ਕਿਵੇਂ ਕਰਨੀ ਆ ਬਾਈ ਵਰਤਣੀ ਕਿਵੇਂ ਆ ਦਵਾਈ ਜਿਹੜੀ ਆ ਦਵਾਈ ਹੈ ਜੀ ਇਹਦੀ ਮਾਲਸ਼ ਕਰਨੀ ਆ ਆਪਾਂ ਆ ਇਹਦੇ ਵਿੱਚ ਮੱਲਮ ਆ ਸਵੇਰੇ ਸਵੇਰੇ ਸ਼ਾਮ ਨੂੰ ਪਹਿਲੇ ਕਾਲੀ ਮੱਲਮ ਆ ਜੀ ਠੀਕ ਆ ਠੀਕ ਹੈ ਇੱਕ ਪੁੜੀ ਆ ਨਾਲ ਆਪਾਂ ਖਾਣ ਜਾਂਦੇ ਆ
जाखम हो जाए जाखम हो जाए कटरू बचरू कि दंद मार दे भी लग जाए ठीक हो जाता भाई ठीक है जी बाबा शीर आली दवाई है बाबा शीर अपने भी पुड़िया जी एक पूरी सवेरे लेनी एक शाम नु कच्चे दूध ना ठंडे ना जी कच्चे दूध ना लेनी हां जी ठीक है ए गारंटी है भाई फुल गारंटी अपनी भी मोह चाहे मोह के बाबा जी रो चाहे खूनी होवे जी किन्ने दिन अज लोट हो जांदा भाई ए अपना तीजे दिन जेना ब्लड आंदा भाई तीजे दिन बंद हो जांदा जी जे ब्लड आंदा होवे बंदे तीजे दिन बंद हो जांदा ठीक है ओ भी जमा खत्म किन्ने टाइम च हो जांदा खत्म जी अपने दो डब्बियां दा कोर्स है जमा खत्म हो जांदा किन्नी होंदी ने भाई डब्बी च इक च इक च 20 पुड़ियां जी इक च 20 पुड़ियां ने मान के चल 40 पुड़ियां दा कोर्स है हां जी हां जी ठीक है ते भाई एरी किन्नी कीमत है जेड़ी आ आपा मजाली दिखाई एरी 600 रुपया जी 600 रुपया एक डब्बी दी भाई नहीं तिन्ने डब्बियां दा तिन्ने डब्बियां विच खाण वाली दवाई दा विच खाण वाली दवाई हां जी हां जी ए 600 रुपये दी हां जी तिन्न डब्बियां हां जी विच खाण वाली विच खाण वाली वापस ला लोगे दो कुड़ियां दे पैसे कट के ਅੱਧੀ ਦਵਾਈ ਖਾ ਲਈ ਜੇ ਨਾ ਬੰਦੇ ਨੂੰ ਫਾਇਦਾ ਹੋਇਆ ਉਹਨੂੰ ਪੈਸੇ ਵਾਪਸ ਕਰਾਂ ਯਾਰ ਬਾ ਠੀਕ ਹੈ ਪੰਜਾਬੀ ਦੀ ਗੱਲ ਹੋ ਗਈ ਹਾਂ ਵੀ ਇਹ ਪੰਜਾਬੀ ਦੀ ਗੱਲ ਕਰਤੀ ਆ ਇਹ 20 ਪੁੜੀਆਂ ਨੇ ਜੇ 10 ਪੁੜੇ ਖਾ ਗਿਆ ਉਹਨਾਂ ਨੂੰ ਫਾਇਦਾ ਹੋਣ ਲੱਗਿਆ ਹਾਂ ਫਿਰ ਉਹ 600 ਰੁਪਿਆ ਆ ਗਿਆ ਠੀਕ ਆ ਜੇ ਨਾ ਉਹਨੂੰ ਫਾਇਦਾ ਹੋਇਆ ਉਹਨੂੰ 600 ਰੁਪਏ ਵਾਪਸ ਹੋ ਗਿਆ ਬਸ ਠੀਕ ਆ ਆਹ ਗੱਲ ਹੋ ਗਈ ਪੰਜਾਬੀ 'ਚ ਹੁਣ ਆਪਣੀ ਹਾਂ ਜਿਹੜੀ ਆਹ ਦਵਾਈ ਹੈ ਦੂਜੀ ਆਹ ਹਾਂ ਡੱਬੀ ਵਾਲੀ ਆਪਣੀ ਖਾਣਾ ਵਾਲੀ ਜੇ ਇਹਦਾ ਕਿਸੇ ਸੀ ਨਾ ਫਾਇਦਾ जख्म हो मिठू सदीक चाचा नंबर मैं चाचे का भी दूंगा बाई का भी दूंगा जेडे बठिंडे एरिए बंदे ने जा कितों भी मंगाना चाहते हैं बाई का नंबर देवांगे ਇਹਦਾ ਸੰਪਰਕ ਕਰ ਲਿਓ ਨਾ ਖੜਕ ਸਿੰਘ ਆ ਬਾਈ ਦਾ ਫੋਨ ਤੇ 9158 6958 ਦੂਸਰਾ ਨੰਬਰ ਹੈਗਾ ਜੀ 7918 3570 ਇੱਕ ਬਾਈ ਹੋਰ ਗੱਲ ਆਪਣੀ ਮੰਨ ਲਾ ਕੋਈ ਦੂਰ ਦਾ ਤਾਂ ਇੱਕ ਪਾਸੇ ਦਾ ਬੱਸ ਕਿਰਾਇਆ ਦੇ ਦੇ ਆਪਾਂ ਦਵਾਈ ਕੋਰੀਅਰ ਵੀ ਹੋ ਜਾਂਦੀ ਆਪਣੀ ਇਹ ਕੋਰੀਅਰ ਰਾਹੀਂ ਪਹੁੰਚ ਜਾਂਦੀ ਹੈ ਤੇ ਬੱਸ ਰਾਹੀਂ ਪਹੁੰਚ ਜਾਂਦੀ ਹੈ ਜੇ ਕਿਸੇ ਨੇ ਮੰਗਾਉਣੀ ਆ ਤਾਂ ਘਰੇ ਬੈਠਾ ਮੰਗਾ ਸਕਦਾ ਹਾਂ ਹਾਂਜੀ ਹਾਂਜੀ ਇੱਕ ਪਾਸੇ ਦਾ ਕਿਰਾਇਆ ਦੇ ਦੇਵੇ ਹਨਾ ਹਾਂਜੀ ਹਾਂਜੀ ਤੁਹਾਨੂੰ ਆਪ ਹੀ ਜਾਊਗਾ ਜੇ ਮੁੰਡਾ ਲੈ ਕੇ ਆ ਗਿਆ ਹਾਂ ਤੇਲ ਇਹਦਾ ਮੱਚੀ ਕਪੜਾ ਉਹਦਾ ਮੱਚੂ ਬਾਈ ਉਹ ਅਗਲੇ ਦੇ ਘਰੇ ਤੇ ਬਾਈ ਪਹੁੰਚੂ ਆ ਜਾਊਗੀ ਜੀ ਠੀਕ ਹੈ ਜੋ ਕਿ ਨੇੜੇ ਦੇ ਆ ਬੰਦਾ ਹੈਗਾ ਉਹ ਆਪਣੇ ਨਾਲ ਆਪਾਂ ਦਾ ਲੈ ਜੀ ਉਹ ਬਾਈ ਇੱਥੇ ਤਾਂ ਨੌਰ ਲਿਆ ਕੇ ਲੈ ਜੇ ਚਾਚੇ ਦੇ ਘਰੋਂ ਮਿੱਠੂ ਸਦੀਕ ਚਾਚਾ ਕਹਿੰਦੇ ਨੰਬਰ ਵੀ ਦੇ ਦੇ ਉਹਦਾ ਸਾਰੇ ਜਾਣਦੇ ਨੇ ਹਾਂ ਉਹਦਾ ਸਾਰੇ ਜਾਣਦੇ ਨੰਬਰ ਮੈਂ ਬਾਈ ਸਕਰੀਨ ਤੇ ਦੂੰ ਚਾਚੇ ਦਾ ਠੀਕ ਆ ਬਾਈ ਠੀਕ ਹੈ ਜੀ ਠੀਕ ਆ ਲਓ ਬਾਈ ਇਹ ਦਵਾਈ ਬਾਈ ਵਰਤ ਕੇ ਜ਼ਰੂਰ ਦੇਖੋ ਇੱਕ ਵਾਰੀ ਰਿਜ਼ਲਟ ਕੀ ਮਿਲਦਾ ਚਾਚੇ ਨੂੰ ਤਾਂ ਰਿਜ਼ਲਟ ਇਹਨਾਂ ਦਾ ਮਿਲਿਆ ਹੋਇਆ ਦਵਾਈਆਂ ਦਾ ਆ ਬਵਾਸੀਰ ਵਾਲੀ ਵੀ ਵਰਤੀ ਹੈ ਨਾ ਹਾਂ ਮੈਨੂੰ ਹੈਗਾ ਸੀ ਬਵਾਸੀਰ ਇਹ ਵੀ ਵਰਤੀ ਆ ਠੀਕ ਆ ਬਾਈ